ਫਰੀਦਕੋਟ ਵਿੱਚ ਰਬੜ ਇੰਡਸਟਰੀ ਕਦੋਂ ਸਟੈਬਲਿਸ਼ ਹੋਈ ਹੈ, ਕਿਹਨੇ ਕੀਤੀ? 1932 ਜਹਾਂ ਕੀਤੀ ਹੈ। ਤੁਸੀਂ ਕੀਤੀ ਸੀ? ਇਸ ਤੋਂ ਪਹਿਲੇ ਰਬੜ ਇੰਡਸਟਰੀ ਨਹੀਂ ਸੀਗੀ ਨਾਰਥਨ ਇੰਡੀਆ ਜੀ ਨੇ, ਤੇ ਐਮਡੀਐਚ ਮਸਾਲੇ ਵਾਲੇ ਨੇ ਇਹ ਵੀ? ਹਾਂ, ਸਿਆਲਕੋਟ। ਸਿਆਲਕੋਟ ਦੇ ਸਾਡੇ ਨਾਨਕਾਂ ਦੀ ਦੁਕਾਨ ਦੇ ਸਾਹਮਣੇ ਸੀ ਇਹਨਾਂ ਦੀ ਦੁਕਾਨ। ਅੱਛਾ ਜੀ। ਉੱਥੇ ਇਹਨਾਂ ਦੀ ਸਿਰਫ ਹਲਦੀ ਮਿਰਚ ਵਿਕਦੀ ਸੀ। ਅੱਛਾ। ਕੀ ਨਾਂ ਹੈ? ਕੀ ਦੇਗੀ ਮਿਰਚ। ਉੱਥੇ ਸਿਰਫ ਦੇਗੀ ਮਿਰਚ ਸੀ ਉਹਨਾਂ ਕੋਲ, ਬਾਕੀ ਹੋਈ ਮਤਲਬ ਪੰਸਾਰੀ ਦੀ ਦੁਕਾਨ ਸੀ। ਅਤੇ ਇਹਨਾਂ ਦਾ ਇੱਕ ਸਰਦਾਰ ਸੀ ਜਿਹੜਾ ਐਡਵਰਟਾਈਜ਼ਮੈਂਟ ਕਰਤੀ ਮਾਸ਼ਿਆਂ ਦੀ ਦੇਗੀ ਮੇਰੇ ਕੈਂਟੀ ਵਜਾਣੀ ਮਾਸ਼ਿਆਂ ਦੀ, ਅਤੇ ਇਹਨਾਂ ਨੇ ਹਮਲਾ ਕੀਤਾ ਨਾ, ਤਾਂ ਤਾਂ ਜਵਾਬ ਦਿੱਤਾ। ਹਮਲਾ ਹੋਇਆ ਸੀ? ਦੋ 48 ਘੰਟੇ ਆਪਸ ਵਿੱਚ ਲੜਾਈ ਹੁੰਦੀ ਰਹੀ ਹੈ। ਇਹਨਾਂ ਨੇ ਬੰਬ ਮਾਰੇ, ਉਹਨਾਂ ਨੇ ਬੰਬ ਮਾਰੇ। ਅੱਛਾ ਅੱਛਾ। ਲੇਕਿਨ ਸਾਡੇ ਦੋ ਕੈਜੂਅਲਟੀ ਹੋਈਆਂ ਬਸ, ਦੋ ਬੰਦੇ ਸ਼ਹੀਦ ਹੋਏ। ਜੀ ਸਤਿ ਸ਼੍ਰੀ ਅਕਾਲ, ਆਦਾਬ, ਪ੍ਰਣਾਮ ਦੋਸਤੋ। ਮੈਂ ਅੱਜ ਹਿੰਦੁਸਤਾਨ ਦੇ ਬੜੇ ਇੱਕ ਇਤਿਹਾਸਿਕ ਜਗ੍ਹਾ ਮੇਰਠ ਸ਼ਹਿਰ 'ਚ ਆਇਆ ਹਾਂ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸਰਕਾਰ ਦੇ ਖਿਲਾਫ ਸਭ ਤੋਂ ਪਹਿਲੇ ਬਗਾਵਤ ਇੱਥੋਂ ਸ਼ੁਰੂ ਹੋਈ ਸੀਗੀ। ਮੈਂ ਆਇਆ ਹਾਂ, ਜਿਹਦੇ ਨਾਲ ਮੁਖਾਤਿਬ ਨੇ ਬੜੇ ਮੋਹਤਰਮ ਬਜ਼ੁਰਗ ਜਿਨ੍ਹਾਂ ਦਾ ਵਾਹ ਵਾਸਤਾ ਲਹਿੰਦੇ ਪੰਜਾਬ ਤੋਂ ਹੈਗਾ, ਅਤੇ ਜਿਹੜੇ ਪਾਵੜੇ ਬਿਰਾਦਰੀ ਤੋਂ ਜੈਨ ਸਮਾਜ ਤੋਂ ਬਿਲੋਂਗ ਕਰਦੇ ਨੇ, ਅਤੇ ਬਜ਼ੁਰਗਾਂ ਤੋਂ ਪੁੱਛਦੇ ਹਾਂ ਉਸ ਵੇਲੇ ਦਾ ਹਾਲ ਕਿੱਦਾਂ ਰਹਿੰਦੇ ਸੀਗੇ ਅਤੇ ਕਿੱਦਾਂ ਦਾ ਉਹਨਾਂ ਦਾ ਰਹਿਣਾ ਸਹਿਣਾ ਸੀਗਾ, ਅਤੇ ਫਿਰ 47 ਨੇ ਕਿੱਦਾਂ ਉਹਨਾਂ ਨੂੰ ਉਜਾੜ ਕੇ ਇਸ ਪਾਸੇ ਧੱਕੇ ਲਿਆ। ਨਮਸਕਾਰ ਅੰਕਲ ਜੀ। ਨਮਸਤੇ ਜੀ। ਜੀ ਅੰਕਲ ਜੀ, ਆਪਣਾ ਸ਼ੁਭ ਨਾਮ ਕੀ ਹੈ ਜੀ? ਸੁਭਾਸ਼ ਚੰਦਰ ਜੈਨ। ਚੰਗਾ ਜੀ। ਅਤੇ ਆਪਣੇ ਫਾਦਰ ਸਾਹਿਬ ਦਾ, ਦਾਦਾ ਜੀ ਦਾ? ਚਰਨਜੀਤ ਰਾਏ ਜੈਨ, ਲੇਟ ਚਰਨਜੀਤ ਰਾਏ ਜੈਨ ਫਾਦਰ ਸਾਹਿਬ। ਅਤੇ ਦਾਦਾ ਜੀ? ਦੀਨਾਨਾਥ ਜੈਨ। ਉਹਨਾਂ ਦਾ ਪਿਓ ਦਾ ਨਾਮ ਵੀ ਨੱਥੂ ਸ਼ਾਹ ਸੀ। ਨੱਥੂ ਸ਼ਾਹ ਸੀ। ਉਹਨਾਂ ਦੇ ਪਿਓ ਦਾ ਨਾਮ ਰੂਪੇ ਸ਼ਾਹ ਸੀ। ਵਾਹ ਜੀ ਵਾਹ, ਕਮਾਲ ਹੈ ਜੀ, ਬਹੁਤ ਅੱਛੇ। ਅਤੇ ਜੀ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੈਗੇ ਹੋ? ਅਸੀਂ ਸਿਆਲਕੋਟ ਪਾਵੜੇ ਦੇ ਮਹੱਲੇ ਦੇ। ਸਿਆਲਕੋਟ ਪਾਵੜਿਆਂ ਦੇ ਮਹੱਲੇ, ਅਤੇ ਖਾਸ ਸਿਆਲਕੋਟ ਸ਼ਹਿਰ 'ਚ? ਬਿਲਕੁਲ, ਸਿਆਲਕੋਟ ਸ਼ਹਿਰ 'ਚ। ਅਤੇ ਬਜ਼ੁਰਗੋ, ਪਾਵੜਿਆਂ ਦਾ ਜਿਹੜਾ ਮਹੱਲਾ ਸੀਗਾ ਸਿਆਲਕੋਟ ਸ਼ਹਿਰ 'ਚ, ਤੁਸੀਂ ਕੁਛ ਸਾਨੂੰ ਦੱਸ ਸਕਦੇ ਹੋ ਕਿੱਥੇ ਮੌਜੂਦ ਸੀਗਾ? ਇਹ ਸਟੇਸ਼ਨ ਤੋਂ ਸਮਝੋ ਕੋਈ 1.5 ਕਿਲੋਮੀਟਰ, ਡੇਢ ਮੀਲ ਸਮਝੋ, ਡੇਢ ਮੀਲ ਸੀਗਾ ਜੀ। ਅਤੇ ਪਾਵੜਿਆਂ ਦੇ ਬਾਰੇ 'ਚ ਥੋੜ੍ਹਾ ਜਿਹਾ ਦੱਸ ਦਿਓ ਕਿ ਉਸ ਵੇਲੇ ਸਿਆਲਕੋਟ 'ਚ ਪਾਵੜਿਆਂ, ਪਾਵੜੇ ਬਰਾਦਰੀ ਦੀ ਕਿੰਨੀ ਪਾਪੂਲੇਸ਼ਨ ਸੀਗੀ, ਕਿੰਨੇ ਘਰ ਹੋਣਗੇ? ਦੇਖੋ ਜੀ, ਮੇਰੇ ਖਿਆਲ 'ਚ ਉੱਥੇ 300-350 ਘਰ ਹੋਏਗਾ। 300-350 ਘਰ ਸੀਗੇ। ਅੱਛਾ। ਅਤੇ ਇਹ ਕੋਈ ਸਿਰ ਕਢਵੇਂ ਜਿਹੜੇ ਪਾਵੜਿਆਂ ਵਿੱਚੋਂ ਬੜੇ ਸਿਰ ਕਢਵੇਂ ਬੰਦੇ ਹੋਣ, ਉਹਨਾਂ ਦਾ ਕੁਛ ਨਾਂ ਸਾਨੂੰ ਦੱਸ ਦਿਓ, ਪੈਸੇ ਵਾਲੇ ਜਾਂ ਰਸੂਖ ਵਾਲੇ ਜਿਹਨਾਂ ਨੂੰ ਕਹਿ ਦਿੰਦੇ ਹਾਂ। ਹਾਂਜੀ, ਇੱਕ ਮੋਤੀ ਸ਼ਾਹ ਦੀ ਫੈਮਿਲੀ ਸੀ। ਮੋਤੀ ਸ਼ਾਹ? ਮੋਤੀ ਸ਼ਾਹ, ਮੋਤੀ ਸ਼ਾਹ। ਹਾਂ, ਅੱਛਾ ਜੀ। ਮੋਤੀ ਸ਼ਾਹ ਦੀ ਫੈਮਿਲੀ ਸੀ। ਅੱਛਾ। ਖਜ਼ਾਨਚੀ ਲਾਲ ਸ਼ਾਹ ਦੀ ਫੈਮਿਲੀ ਸੀ। ਅੱਛਾ ਜੀ। ਸਾਡੀ ਫੈਮਿਲੀ ਵੀ ਸੀ, ਕੀ ਨਾਂ ਹੈ, ਰੂਪੇ ਸ਼ਾਹ, ਨੱਥੂ ਸ਼ਾਹ ਰੂਪੇ ਸ਼ਾਹ ਦੀ ਫੈਮਿਲੀ। ਅੱਛਾ ਜੀ। ਤਿੰਨ ਪਰਿਵਾਰ ਨੇ, ਇੱਕ ਸੋਨ ਸਰਾਫਾਂ ਦੀ ਫੈਮਿਲੀ ਸੀ। ਸੋਨ ਸਰਾਫ ਦੀ ਫੈਮਿਲੀ। ਅੱਛਾ ਜੀ। ਉਹ ਸੋਨੇ ਦਾ ਕੰਮ ਕਰਦੇ ਸੀ? ਨਹੀਂ, ਕਾਫੀ ਸੋਨੇ ਦਾ ਕੰਮ। ਸੋਨ ਸਰਾਫ ਅਤੇ ਇੱਕ ਕੀ ਨਾਂ ਹੈ, ਇਹ ਸੀ ਕਿ ਹੁਣ ਮਨਾਣੀਆਂ ਦੀ ਫੈਮਿਲੀ ਦਾ ਮੈਨੂੰ ਨਹੀਂ ਜਾਣਦਾ, ਇੱਕ ਲੋਰੀਆਂ ਦੀ ਫੈਮਿਲੀ ਸੀ, ਬਹੁਤ ਅੱਛੀ ਸੀ। ਲੋਰੀਆਂ ਦੀ, ਉਹ ਵੀ ਪਾਵੜੇ ਸੀ? ਅੱਛਾ। ਅਤੇ ਜਿੰਨੇ ਵੀ ਪਾਵੜੇ ਸੀਗੇ ਸਾਰੇ ਕਾਰੋਬਾਰ ਲੱਗੇ ਹੋਏ ਸੀਗੇ? ਸਾਰੇ ਹੀ ਕਾਰੋਬਾਰ 'ਚ ਲੱਗੇ ਸੀ। ਕੋਈ ਸਾਡੇ ਗੌਰਮੈਂਟ ਇੰਪਲਾਈ ਸਾਡੇ ਨੇ ਸੀ, ਰਾਹੁਲ ਪਿੰਡੀ 'ਚ ਆਇਆ ਸੀ। ਰਾਹੁਲ ਪਿੰਡੀ 'ਚ CDA 'ਚ ਕਾਫੀ ਆਦਮੀ ਸੀ ਸਾਡੇ ਨੇ ਸੀ। ਅੱਛਾ। ਜਿੱਦਾਂ ਮੇਰੀ ਯਾਦ ਹੈ ਇਸ 'ਤੇ। ਠੀਕ ਹੋ ਗਿਆ ਜੀ, ਠੀਕ ਹੋ ਗਿਆ ਜੀ, ਠੀਕ ਹੈ। ਅਤੇ ਤੁਹਾਡਾ ਜਿਹੜਾ ਮਹੱਲਾ ਸੀਗਾ ਉਹਦੇ ਆਸ ਪਾਸ ਕੋਈ ਹੋਰ ਵੀ ਮੁਸਲਮਾਨ ਫੈਮਿਲੀ ਫੈਮਿਲੀ ਰੋੜਾਂ ਦੇ? ਨਹੀਂ, ਮੁਸਲਮਾਨ ਸਾਡੇ ਪਰਲੇ ਪਾਸੇ ਮੁਸਲਮਾਨ ਦੀਆਂ ਫੈਮਿਲੀ ਸਾਰੀਆਂ ਰਹਿੰਦੀਆਂ ਸੀ। ਅੱਛਾ। ਹੁਣ ਸਾਨੂੰ ਨਾਂ ਵੀ ਨਹੀਂ ਆਉਂਦਾ ਸਿੱਧੀ ਗੱਲ। ਮਹੱਲਾ ਕੀ ਕਹਾਉਂਦਾ ਸੀ, ਕਿਸ ਨਾਂ ਤੋਂ ਵੱਜਦਾ ਸੀ ਉਹ ਮਹੱਲਾ, ਉਹ ਕੁਛ ਆਈਡੀਆ? ਬੁੱਢੀ ਮਹੱਲਾ ਕਹਿੰਦੇ ਸੀ, ਬੁੱਢੀ ਮਹੱਲੇ ਦੇ ਪਰਲੇ ਪਾਸੇ ਸੀ। ਹੁਣ ਦੇਖੋ ਜੀ, ਇਹਨਾਂ ਦੇ ਨਹੀਂ ਕਹਿ ਸਕਦਾ। ਬੁੱਢੀ ਮਹੱਲੇ ਦੇ ਪਰਲੇ ਪਾਸੇ ਇੱਕ ਗੁਜਰਾਂ ਦਾ ਵੀ ਮਹੱਲਾ ਸੀਗਾ? ਹਾਂ, ਗੁਜਰਾਂ ਦਾ ਮਹੱਲਾ ਨਹੀਂ ਸੀ, ਗੁਜਰ ਮਤਲਬ ਸਾਰੇ ਇਕੱਠੇ ਸੀ ਨਾ, ਜਿਹੜੇ ਗਾਂ ਮੱਝਾਂ ਰੱਖਦੇ ਨੇ ਉਹੀ ਗੁਜਰ ਕਹਿੰਦੇ ਨੇ ਨਾ। ਹਾਂਜੀ, ਉਹਨੂੰ ਗੁਜਰ ਕਹਿੰਦੇ ਨੇ। ਉਹ ਵੀ ਨਾ, ਉਹ ਵੀ ਜੈਨਿਆਂ ਦੇ ਮਹੱਲੇ ਦੇ ਵਿੱਚ ਸੀ। ਜੈਨਿਆਂ ਦੇ ਮਹੱਲੇ ਦੇ ਵਿੱਚ ਹੀ ਸੀ। ਹਾਂ।
ਮੁਸਲਮਾਨ ਸੀਗੇ ਕੁਝ ਮੁਸਲਮਾਨ ਅੱਛਾ ਜੀ ਤੇ ਇਹ ਜਿੰਨਾ ਦਰਵਾਜ਼ੇ ਵੀ ਸੀਗੇ ਤੁਹਾਡੇ ਮਹੱਲੇ ਦੇ ਕੁਚਾ ਬੰਦੇ ਸੀਗੇ ਕਿੰਨੇ ਦਰਵਾਜ਼ੇ ਸੀਗੇ ਸੱਤ ਦਰਵਾਜ਼ੇ ਸੱਤ ਦਰਵਾਜ਼ੇ ਪਹਿਲਾਂ ਤੇ ਦਰਵਾਜ਼ੇ ਸੀ ਲੱਕੜ ਦੇ ਅੱਛਾ ਜੀ ਫਿਰ ਜਿਹੜੇ ਪਾਕਿਸਤਾਨ ਦਾ ਰੌਲਾ ਪਿਆ ਤੇ ਅੱਗੇ ਇਹਨਾਂ ਨੇ ਫਿਰ ਸਟੀਲ ਲਗਾਤੇ ਦਰਵਾਜ਼ੇ ਯਾਨੀ ਦੋ ਦਰਵਾਜ਼ੇ ਹੋ ਗਏ ਇੱਕ ਦੇ ਅੱਗੇ ਇੱਕ ਦੇ ਅੱਗੇ ਇੱਕ ਦੇ ਅੱਗੇ ਜਿਹਦੇ ਨਾਲ ਇਹ ਲੱਗਾ ਦਾ ਜਾਲੀ ਦਾ ਲੱਗਾ ਦਾ ਅੱਗੇ ਲੱਗਾ ਦਾ ਇੱਕ ਨਾ ਠੀਕ ਹੋ ਗਿਆ ਤੇ ਕੀ ਕਹਿੰਦੇ ਨੇ ਉੱਥੇ ਕੁਛ ਐਸਾ ਵੀ ਸੀ ਚੌਕੀਦਾਰ ਦਾ ਵੀ ਇੰਤਜ਼ਾਮ ਸੀ ਰਾਤੀ ਬਈ ਚੌਕੀਦਾਰ ਵਗੈਰਾ ਵੀ ਸੀਗਾ ਹਾਂ ਹਰ ਮਹੱਲੇ 'ਚ ਨਹੀਂ ਸੀ ਐ ਸੀ ਚੌਕੀਦਾਰ ਹੈ ਸੀਗਾ ਤੇ ਸਾਫ਼ ਸਫ਼ਾਈ ਦਾ ਵੀ ਮਾਹੌਲ ਸੀਗਾ ਸ਼ਹਿਰ ਸੀਗਾ ਤੁਸੀਂ ਤੇ ਗਲੀਆਂ ਦੀ ਸਫ਼ਾਈ ਗਲੀਆਂ ਦੀ ਜਮਾਦਾਰ ਆਉਂਦੇ ਸੀ ਮਾਸ਼ਕੀ ਆਉਂਦੇ ਸੀ ਆਉਂਦੇ ਸੀ ਮਾਸ਼ਕੀ ਉੱਥੇ ਮਾਸ਼ਕੀ ਆ ਸੀ ਇੱਥੇ ਵੀ ਮਾਸ਼ਕੀ ਆ ਸੀ ਪਰ ਹੁਣ ਖਤਮ ਹੋ ਗਏ ਨੇ ਮਾਸ਼ਕੀ ਅੱਛਾ ਜੀ ਵਾਹ ਜੀ ਵਾਹ ਤੇ ਮਾਸ਼ਕੀ ਪਾਣੀ ਨਾਲ ਧੋਂਦੇ ਸੀਗੇ ਗਲੀਆਂ ਧੋਂਦੇ ਸੀ ਤੇ ਅੰਦਰ ਸਟਰੀਟ ਲਾਈਟ ਦਾ ਵੀ ਕੁਝ ਇੰਤਜ਼ਾਮ ਸੀ ਹੈ ਸੀ ਹੈ ਸੀ ਹੈ ਸੀ ਉਹ ਮਿੱਟੀ ਦੇ ਤੇਲ ਤੋਂ ਜਲਦੀਆਂ ਸੀਗੀਆਂ ਨਹੀਂ ਸਾਡੇ ਤੇ ਬਿਜਲੀ ਸੀ ਬਿਜਲੀ ਸੀਗੀ ਤੁਹਾਡੇ ਬਿਜਲੀ ਅੱਛਾ ਪ੍ਰੋਪਰ ਸਿਆਲਕੋਟ ਸੀਗੇ ਤੁਸੀਂ ਤੇ ਬਿਜਲੀ ਸੀ ਬਿਜਲੀ ਸੀ ਵਾਹ ਜੀ ਵਾਹ ਬੜਾ ਤੇ ਤੁਹਾਡੀ ਉਮਰ ਉਸ 47 ਕੀ ਏਜ ਸੀਗੀ ਮੇਰੀ ਉਸ ਵੇਲੇ 11 ਸਾਲ ਉਮਰ ਸੀ 36 ਦਾ ਬਰਥ ਹੈ ਮੇਰਾ 36 ਦਾ ਬਰਥ ਹੈ 11 ਸਾਲ ਦਾ ਹਾਂ ਪੂਰਾ ਅੱਛਾ ਜੀ ਕਿਉਂਕਿ 15 ਅਗਸਤ ਨੂੰ ਹੋਇਆ ਮੇਰਾ 3 ਸਤੰਬਰ ਨੂੰ ਹੀ ਬਰਥ ਹੈ ਹਾਂ ਜੀ 11 ਸਾਲ ਹੀ ਹੋ ਗਏ 11 ਸਾਲ ਤਾਂ ਪੂਰਾ ਤੇ ਸਕੂਲਸ ਤੁਸੀਂ ਕਿਹੜੇ ਸਕੂਲ ਚ ਪੜ੍ਹੇ ਸੀਏਬੀ ਆਰਿਆ ਸਮਾਜ ਸਕੂਲ ਸੀਏਬੀ ਤੇ ਇੱਥੋਂ ਯਾਦ ਰਿਹਾ ਉਹ ਆਰਿਆ ਸਮਾਜ ਆਰਿਆ ਸਮਾਜ ਦਾ ਸਕੂਲ ਸੀ ਇਹ ਉਹਨੂੰ ਨਾਂ ਨਹੀਂ ਯਾਦ ਰਿਹਾ ਆਰਿਆ ਸਮਾਜ ਸਕੂਲ ਤੁਸੀਂ ਪੜ੍ਹੇ ਹੋ ਹਾਂ ਆਰਿਆ ਸਮਾਜ ਅੱਛਾ ਜੀ ਤੇ ਇਹ ਸਕੂਲ ਚ ਤੁਸੀਂ ਕਿਹੜੀ ਜਮਾਤ ਤੱਕ ਪੜ੍ਹਾਈ ਕੀਤੀ ਹੈ 6ਵੀਂ 6 ਆਇਆ ਸਾਂ ਸੇ ਅੱਲੇ ਆਏ ਸੀਗੇ ਤੇ ਟੀਚਰਸ ਜਿਹੜੇ ਸੀਗੇ ਉਹਨਾਂ ਦਾ ਕੋਈ ਨਾਂ ਤੁਹਾਨੂੰ ਯਾਦ ਹੋਏ ਜੋ ਤੁਹਾਨੂੰ ਪੜ੍ਹਾਉਂਦੇ ਸੀਗੇ ਨਾ ਨਹੀਂ ਯਾਦ ਸ਼ਕਲ ਤੇ ਯਾਦ ਹੈ ਬਾਈ ਇਹ ਦਿੱਲੀ ਵੀ ਸਾਨੂੰ ਮਿਲਿਆ ਸੀ ਇੰਗਲਿਸ਼ ਦਾ ਟੀਚਰ ਜਿਹੜਾ ਸੀ ਦਿੱਲੀ ਵੀ ਮਿਲਿਆ ਸੀ ਦਿੱਲੀ ਵੀ ਮਿਲੇ ਸੀ ਅੱਛਾ ਨਾ ਨਹੀਂ ਯਾਰ ਨਾ ਨਹੀਂ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਈ 70 ਸਾਲ 72 ਸਾਲ ਹੋ ਗਏ ਨੇ ਨਾ ਕਿਤੇ ਯਾਦ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਬੜੀਆਂ ਗੱਲਾਂ ਯਾਦ ਨੇ ਤੇ ਪ੍ਰਾਰਥਨਾ ਵਗੈਰਾ ਹੁੰਦੀ ਸੀ ਹਾਂ ਪ੍ਰਾਰਥਨਾ ਹੁੰਦੀ ਸੀ ਰੋਜ਼ ਡੇਲੀ ਪ੍ਰਾਰਥਨਾ ਹੁੰਦੀ ਸੀ ਔਰ ਪ੍ਰਾਰਥਨਾ ਇਹ ਮਤਲਬ ਸਾਡੇ ਮਤਲਬ ਹਿੰਦੂਆਂ ਦੀ ਆਰੀਆ ਸਮਾਜਾਂ ਦੀ ਪ੍ਰਾਰਥਨਾ ਸੀ ਅੱਛਾ ਜੀ ਕੁਛ ਬੋਲ ਯਾਰ ਨੇ ਮੰਤਰ ਹੈ ਨਾ ਹਾਂ ਜੀ ਗਾਇਤਰੀ ਮੰਤਰ ਇਹ ਜ਼ਰੂਰ ਹੁੰਦਾ ਸੀ ਹੁੰਦਾ ਸੀ ਉੱਥੇ ਹਵਨ ਹੋਵਨ ਕੋਈ ਹੋਰ ਵਿਸ਼ੇਸ਼ ਗੱਲ ਤਿਉਹਾਰ ਦੀ ਗੱਲ ਕੀ ਰੌਣਕਾਂ ਹੁੰਦੀਆਂ ਸੀ ਜਦੋਂ ਬੜੀਆਂ ਰੌਣਕਾਂ ਹੁੰਦੀਆਂ ਸੀ ਲੋਹੜੀ ਦੇ ਟਾਈਮ ਕੀ ਲੋੜ ਸਾਡੇ ਮਹਾਵੀਰ ਜਯੰਤੀ ਜਿਹੜੀ ਸੀ ਹਾਂ ਜੀ ਉਹ ਮੈਨੂੰ ਅੱਜ ਤੱਕ ਯਾਦ ਹੈ ਸਾਡੇ ਫਾਦਰ ਜਿਹੜੇ ਸੀ ਉਹ ਕੰਡਕਟ ਕਰਦੇ ਸੀ ਤੇ ਉਹ ਆਰੀਆ ਸਮਾਜ ਦੇ ਸਕੂਲ ਜਿਹੜਾ ਸਾਡਾ ਸੀ ਉੱਥੇ ਹੁੰਦੀ ਸੀ ਸਕੂਲ ਜੀ ਹੁੰਦਾ ਜੀ ਅੱਛਾ ਜੀ ਸਾਡੀ ਆਪਣੀ ਪਾਠਸ਼ਾਲਾ ਸੀ ਉੱਥੇ ਅੱਛਾ ਜੀ ਸਾਡਾ ਹਸਪਤਾਲ ਵੀ ਸੀ ਉੱਥੇ ਮੰਦਰ ਵੀ ਸੀ ਸਾਡਾ ਹਸਪਤਾਲ ਵੀ ਸੀ ਹਸਪੀਟਲ ਵੀ ਸੀ ਹਾਂ ਹਸਪੀਟਲ ਵੀ ਸੀ ਭਾਵਨਿਆਂ ਦਾ ਰਹਿਣ ਸਹਿਣ ਜਾਂ ਲਿਵਿੰਗ ਸਟੈਂਡਰਡ ਕਾਫੀ ਨਾ ਹਾਂ ਬਹੁਤ ਅੱਛਾ ਸੀ ਬਹੁਤ ਅੱਛਾ ਸੀ ਕਿਸੇ ਵਾਲੇ ਬੰਦੇ ਸੀਗੇ ਕਾਫੀ ਤੁਸੀਂ ਵੇਖੋਗੇ ਨਹੀਂ ਤੁਸੀਂ ਟੀਵੀ 'ਤੇ ਦੇਖਦੇ ਹੋ ਕਿ ਜੈਨੀਆਂ ਦੀ ਕੀ ਨਾਂ ਹੈ 0.3% ਹੈ ਔਰ ਸਭ ਤੋਂ ਜ਼ਿਆਦਾ ਪੈਸਾ ਇਹਨਾਂ ਕੋਲ ਠੀਕ ਹੈ ਜੀ ਮਤਲਬ ਮੇਰੇ ਕਹਿੰਦੇ 47 ਤੋਂ ਪਹਿਲੇ ਵੀ ਪੈਸੇ ਵਾਲੇ ਸੀਗੇ ਤੇ 47 ਦੇ ਬਾਅਦ ਫਿਰ ਪੈਸੇ ਵਾਲੇ ਹੋ ਗਏ ਜ਼ੀਰੋ ਤੋਂ ਬਾ ਹੋ ਗਏ ਜ਼ੀਰੋ ਤੋਂ ਹੀਰੋ ਬਣ ਗਏ ਫਰਸ਼ ਤੋਂ ਅਰਸ਼ ਤੱਕ ਕਿਵੇਂ ਪਹੁੰਚ ਗਏ ਹਰ ਆਦਮੀ ਨਹੀਂ ਮੰਨਿਆ ਦੇਖੋ ਜੀ ਅੱਜ ਤੱਕ ਬੱਚੇ ਐਸਟੈਬਲਿਸ਼ ਨਹੀਂ ਹੋਏ ਹਾਂ ਇਹ ਗੱਲ ਤੁਸੀਂ ਬੜੀ ਅੱਛੀ ਕੀਤੀ ਐਸਟੈਬਲਿਸ਼ ਨਹੀਂ ਹੋ ਸਕਦਾ ਜਿੰਨਾ ਕੋਲ ਤਰਾਜੂ ਵਿੱਚ ਤੋਲੇ ਜਾਂਦੇ ਨਾ ਸੋਨਾ ਹਾਂਜੀ ਖਤਮ ਉਹ ਵੀ ਖੜੇ ਨਹੀਂ ਹੋ ਪਾਏ ਜਿਹਨੇ ਆ ਕੇ ਸਿੱਟਾ ਖੇਡਿਆ ਹੁੰਦਾ ਕੀ ਹੈ ਇਹ ਸਿੱਟਾ ਬੜੀ ਭੈੜੀ ਬਿਮਾਰੀ ਹੈ ਜਿਹਨੇ ਸਿੱਟਾ ਖੇਡ ਲਿਆ ਉਹ ਸੋਚਦਾ ਮੈਂ ਫਟਾਫਟ ਬਣ ਜਾਵਾਂ ਅਮੀਰ ਉਹ ਸਭ ਖਤਮ ਹੋ ਗਿਆ ਬਸ ਫਿਰ ਖਤਮ ਹੋ ਗਏ ਤੇ ਫਿਰ ਉੱਠ ਨਹੀਂ ਸਕਦੇ ਤੁਸੀਂ ਜਿਹੜਾ ਜਲਦੀ ਖੜਾ ਹੋਣਾ ਦੀ ਕੋਸ਼ਿਸ਼ ਕੀਤੀ ਜਿਹਨੇ ਉਹ ਮਾਰ ਖਾ ਗਿਆ ਅਸੀਂ ਵੀ ਮਾਰ ਖਾਧੀ ਇੱਥੇ ਆ ਕੇ ਪਰ ਖੜੇ ਹੋ ਗਏ ਅਸੀਂ 52 ਇਸ ਬਿਨਾਂ ਆਪਣੇ ਮਕਾਨ ਬਣਾ ਲਏ ਸੀ ਮੈਂ ਤੁਹਾਡੇ ਸੰਗਤ ਭਾਵੜਿਆਂ ਦੇ ਬਾਰੇ 'ਚ ਦੱਸ ਦਿਓ ਕਿ ਇਹ ਭਾਵੜੇ ਸਿਆਲਕੋਟ 'ਚ ਜਾਂ ਪੰਜਾਬ 'ਚ ਮਾਈਗ੍ਰੇਟ ਕਰਕੇ ਆਏ ਸੀ ਕਦੀ ਬਹੁਤ ਪਹਿਲੇ ਹਾਂ ਮਾਈਗ੍ਰੇਟ ਆ ਕੇ ਗਏ ਨਾ ਕਿੱਥੋਂ ਆਏ ਸੀ ਥੋੜ੍ਹਾ ਜਿਹਾ ਇਹ ਰਾਜਸਥਾਨ ਤੋਂ ਰਾਜਸਥਾਨ ਤੋਂ ਰਾਜਸਥਾਨ ਤੋਂ ਕੋਈ ਅੱਛਾ ਜੀ ਠੀਕ ਸ਼ਹਿਰ ਦਾ ਨਾਂ ਦੇ ਨਹੀਂ ਮਤਲਬ ਅਸੀਂ ਸਭ ਰਾਜਸਥਾਨ ਤੋਂ ਆਏ ਸੀ ਠੀਕ ਹੈ ਬਹੁਤ ਅੱਛੇ ਅਤੇ ਇੱਕ ਮੈਂ ਸੁਣਿਆ ਕਿ ਇੱਕ ਤੁਹਾਡੇ ਪਾਵੜਿਆਂ ਵਿੱਚੋਂ ਇੱਕ ਬੜੇ ਫਰੀਡਮ ਫਾਈਟਰ ਵੀ ਸੀਗੇ ਜਿਹੜੇ ਜੇਲ੍ਹ 'ਚ ਰਹੇ ਨੇ ਉਹੀ ਨਾ ਸਾਡੇ ਗ੍ਰੈਂਡ ਫਾਦਰ ਦੇ ਉਭਰਦਰ ਸਨ ਅੱਛਾ ਜੀ ਜਿਹੜਾ ਉਹਨੇ ਬਲਜੀਤ ਨੇ ਦੱਸਿਆ ਨਾ ਹਾਂਜੀ ਹਾਂਜੀ ਤੇਗ ਚੰਦ ਜੀ ਤੇਗ ਚੰਦ ਜੀ ਅੱਛਾ ਲੀਡਰ ਸੀਗੇ ਓਕੇ ਜੇਲ੍ਹ ਵੀ ਕੱਟ ਕੇ ਆਏ ਹਾਂ ਜੇਲ੍ਹ ਕੱਟੇ ਠੀਕ ਹੋ ਗਿਆ ਤੁਸੀਂ ਫੋਟੋ ਦੇਖੋ ਤਬੀਅਤ ਖੁਸ਼ ਹੋ ਜਾਏ ਉਹਨਾਂ ਦੀ ਅੱਛਾ ਜੀ
वो पर्सनैलिटी कहते हैं 5 फुट ही है लेकिन पर्सनैलिटी का कोई जवाब नहीं। अच्छा जी, ओके, बहुत अच्छे हैं। ते थोड़े फादर साहब दे कोई दोस्त हों उस वेले दे, दे हाँ, या उन्हें अपनी नाम दस्त दस्त सानो रोशन लाल नगीना लाल। अच्छा, नगीना लाल दूसरे हाँ पूरा चंद जी। अच्छा जी, ऐसा रहे थोड़े फादर दोस्त दोस्त दोस्ती अखीर दे महल च रह गए सी तीन आदमी रह गए थे। अच्छा, एक नाम मैं भूल गया ORSS का लीडर थी। अच्छा जी, एक मेरे फादर एक पूरन चंद ते एक ओ उन्हें कि असा जाना नहीं इतों। अच्छा जी, जब तक असं इन्हों का मुकाबला नहीं करा नहीं तो मैं थोड़िया गर्दन कट देंगा। पूरन चंद साहब ने ना ये जद जद मुन्ना नहीं याद रहा। अच्छा, वो सत भरा सन। अच्छा जी, हाँ ते मेरे फादर टैकल करना जानते सब हर काम। अच्छा जी, बड़ी मुश्किल उन्हें मोल्ड करके उन्हें कहा चल भाई चलिए तो खत्म हो जाएगा सारा कुछ। अच्छा, सानू तो स्टेशन से वडीक दी होंगे पे। अच्छा, चल तो किधर उसने तलवार अंदर रखी नहीं तो कहते मैं बढ़िया कर देंगे। ठीक है जी, मैं वो गल भी पूछा। तो ये अलावा थोड़े फादर साहब के कोई मुसलमान दोस्त हो या इंपलॉय भी आए थे बड़े उत्ते साढ़े इंपलॉय हाँ मुसलमान से काम कार से फादर साहब का रबर इंडस्ट्री रबर इंडस्ट्री रबर इंडस्ट्री सरदार एक मिल गया मैं इतना शुरू कर देना। वो एक उन्हें क्या कि ना लाइब्रेरियन ने कि एक सरदार आया था वो लंदन तो सीख के आया रबड़ इंडस्ट्री नू। अच्छा, तुसी वो रबड़ इंडस्ट्री उस को सीख लो। अच्छा, उन्हें रबड़ इंडस्ट्री लगा के दी। साड़ी अपनी जगह सी, जगह अपनी साड़ी सी। अच्छा, मशीन उन्हें लगाती हैं, कामयाब नहीं हुए। कामयाब उस वेले हुए जिस वेले वार लगी, सेकंड दूजी जंग अजीम हुई है, वो तो डिमांड पाई बस। अच्छा, मतलब 4-5 साल घाटे का घाटे च रहे हो तुम? हाँ, 6-7 साल तो रहे। 6-7 साल रहे हो, काफ़ी पूंजी लगी हुई सब खत्म हो गए, सरमाया सारा खत्म। अच्छा जी, तो जब दूजी जंगे अजीम हुई है तो फिर तुम्हें ऑर्डर मिलने शुरू हुए थोड़े फादर साहब ने? हाँ, फिर मतलब ये ना वो असा देखो जी असं ना तो शराब पीने ना अस कुछ करने जी। तो हूँ आदमी चाहिए इन्हें उदों होंदा सी सारे बॉयज सनांदे सी एक डाली लो फ्रूट की ते एक शराब की बोतल रख दो विस्की की। अच्छा, ते अंग्रेज नूं दिया ते तुहाडे ना हो गया। अच्छा, खुश होंदे सी अंग्रेज ते अंग्रेज खुश होंदे सी। अच्छा, वो फिर इन्होंने एक एंग्लो रखिया सी आदमी एंग्लो इंडियन। हाँ जी, हाँ जी, जिहड़ा लाहौर जा के दे के आउंदा सी ते आर्डर लै आउंदा सी। आर्डर लै आउंदा सी, ओके। अच्छा, लाहौरों आर्डर मिलदा सी? लाहौरों। अच्छा, ਤੇ ਅੰਗਰ ਤੁਹਾਡੀ ਫੈਕਟਰੀ 'ਚ ਕੀ ਆਈਟਮਸ ਬਣਦੇ ਸੀਗੇ? ਕੈਥੀਟਰਸ, ਹਾਰਡ ਵਾਟਰ ਬਾਟਲ, ਆਈਸ ਕੈਪ। ਅੱਛਾ ਜੀ, ਬਲੈਡਰ। ਅੱਛਾ, ਫੁੱਟਬਾਲ ਬਲੈਡਰ। ਓਕੇ ਓਕੇ, ਟੈਨਿਕਾਈਟ ਰਿੰਗ। ਅੱਛਾ ਜੀ, ਤੇ ਇਹ ਜਿਹੜਾ ਸਟੈਥੋਸਕੋਪ ਹੁੰਦਾ ਹੈ ਉਹ ਹੁੰਦਾ ਸੀਗਾ? ਹਾਂ, ਟਿਊਬ 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 ਉਹਦੀ ਹੁੰਦੀ, ਟਿਊਬ ਉਹਦੀ, ਟਿਊਬ ਬਣਦੀ ਸੀਗੀ? ਹਲੇ ਵੀ ਬਣਦੀ ਹੈ, ਹਲੇ ਵੀ ਬਣਦੀ ਹੈ। नेशनल इंडिया रबर लिमिटेड। नेशनल इंडिया रबर वर्क्स लिमिटेड। अच्छा जी, वो उन्होंने 36 बनाई फिर जब पैसा नहीं रहा था। अच्छा जी, अच्छा अच्छा अच्छा, हाले भी है स्टिल। अच्छा, हाँ। ते उत्थे अंकल तुहाडा जिहड़ा कारखाना सीगा फादर साहब दा, उत्थे किन्ने मुजारे सी, किन्ने लेबर सीगी उत्थे? मेरा यार है लेबर 80-100 ਦੇ ਵਿੱਚ ਹੋਣਗੇ ਜ਼ਰੂਰ। 80-100 ਹੋਣਗੇ ਜ਼ਰੂਰ। ਮੁਸਲਮਾਨ ਕਾਰੀਗਰ ਵੀ ਸੀ? ਮੁਸਲਮਾਨ 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 ਜ਼ਿਆਦਾ ਮੁਸਲਮਾਨ ਨਹੀਂ ਸੀ, ਹਿੰਦੂ ਮੁਸਲਮਾਨ ਸੀ। ਹਾਂ, ਹਿੰਦੂ ਕਾਰੀਗਰ ਦੇ ਕੰਮ 'ਚ ਵੈਸੇ ਮੁਸਲਮਾਨ ਜ਼ਿਆਦਾ, ਹਿੰਦੂ ਘੱਟ ਸੀ, ਘੱਟ ਸੀਗੇ। ਤੇ ਕੋਈ ਵਰਕਰ ਹੋਏ ਮੁਸਲਮਾਨ ਜਾਂ ਕੋਈ ਸੁਪਰਵਾਈਜ਼ਰ ਜਾਂ ਕੁਛ ਨਾ ਤੁਸੀਂ? ਨਹੀਂ ਨਹੀਂ ਭਾਈ, ਤੁਸੀਂ ਦੱਸ ਰਹੇ ਸੀਗੇ ਕਿ ਉਹਦੇ
चाह दी दुकान से उदी की नासी बनाया था अली मोहम्मद अली मोहम्मद साहब अच्छा चाह दी दुकान से आगे अपनी सराहां अगे देती जगह अच्छा कि भाई तू इत्थे रह ओके कोई किराए लोड़ नहीं बस जेड़ा कोई आएगा बदमाश कोई साड़ी धर्मशाला हाँ जी वो कोई गल ना कर दे तो उन्होंने तू संभाल लै अच्छी होर त्यौहार की कोई रौनक तुहानू याद होए लोहड़ी की दिवाली की या होली कुछ याद है होली उत्थे नहीं इन्नी मनाते जिनी कि लोहड़ी और दिवाली साढ़े इत्थे भी जिहड़ी पंजाबी ने इन्नी होली नहीं महत्व देंदे जिन्ना लोहड़ी नूं देंदे ने धियां भैणां नूं देना लैना लड़ पड़ सब नहीं ठीक कह रहे हो होर भी अंदर सियालकोट की कोई खास गल तुहानूं हले याद होए कि बचपन च कोई नहीं स्पोर्ट्स का सारा काम सियालकोट हुंदा सी स्पोर्ट्स का सारा काम हुंदा सी स्पोर्ट्स दा कौन लोग सीगे स्पोर्ट्स दे काम च इह जिहड़े सी महाजन सी महाजन जिन्हां नूं महाजन बिरादरी दे लोग जिहड़े सीगे ਉਹ ਸਪੋਰਟਸ ਗੁੱਡਸ ਦੀ ਇੰਡਸਟਰੀ ਨੂੰ ਕਰਦੇ ਸੀ ਅਤੇ ਸਿਆਲਕੋਟ ਕੀ ਬਣਦਾ ਸੀਗਾ ਉਸ ਵੇਲੇ ਅੰਕਲ ਬੈਟ ਕ੍ਰਿਕਟ ਦੇ ਬੈਟ ਸਭ ਕੁਝ ਬਣਦਾ ਸੀ ਬੈਟ ਹੋ ਗਿਆ ਬਾਲ ਹੋ ਗਈ ਵਿਕਟ ਹੋ ਗਏ ਅੱਛਾ ਜਾਲ ਹੋ ਗਏ ਸਭ ਕੁਝ ਹੋ ਗਿਆ ਅੱਛਾ ਜੀ ਠੀਕ ਹੋ ਗਿਆ ਜੀ ਕਿਉਂਕਿ ਮੁਸਲਮਾਨ ਕਾਰੀਗਰ ਸੀ ਨਾ ਸਾਰੇ ਓਕੇ ਜੀ ਓਕੇ ਠੀਕ ਮਾਲਕ ਹਿੰਦੂ ਅੱਛਾ ਕਾਰੀਗਰ ਮੁਸਲਮਾਨ ਓਕੇ ਅੰਕਲ ਠੀਕ ਹੋ ਗਿਆ ਤੇ ਇਹ ਜਿਹੜੇ ਐਮ ਡੀ ਐਚ ਮਸਾਲੇ ਵਾਲੇ ਨੇ ਇਹ ਵੀ ਸਿਆਲਕੋਟ ਸਿਆਲਕੋਟ ਸਾਡੇ ਨਾਨਕਿਆਂ ਦੀ ਦੁਕਾਨ ਦੇ ਸਾਹਮਣੇ ਸੀ ਇਹਨਾਂ ਦੀ ਦੁਕਾਨ ਅੱਛਾ ਜੀ ਉੱਥੇ ਇਹਨਾਂ ਦੀ ਸਿਰਫ ਹਲਦੀ ਮਿਰਚ ਵਿਕਦੀ ਸੀ ਅੱਛਾ ਕੀ ਨਾਂ ਹੈ ਦੇਗੀ ਮਿਰਚ ਦੇਗੀ ਮਿਰਚ ਵਿਕਦੀ ਸੀ ਉੱਥੇ ਸਿਰਫ ਦੇਗੀ ਮਿਰਚ ਸੀ ਉਹਨਾਂ ਕੋਲ ਬਾਕੀ ਹੋਈ ਮਤਲਬ ਪੰਸਾਰੀ ਦੀ ਦੁਕਾਨ ਸੀ ਅਤੇ ਇਹਨਾਂ ਦਾ ਇੱਕ ਸਰਦਾਰ ਸੀ ਜਿਹੜਾ ਐਡਵਰਟਾਈਜ਼ਮੈਂਟ ਕਰਾਰ ਸੀ ਮਾਸ਼ਿਆਂ ਦੀ ਦੇਗੀ ਮੇਰੇ ਕੈਂਟੀ ਜਾਣੀ ਮਾਸ਼ਿਆਂ ਦੀ ਦੇਗੀ ਮੇਰੇ ਨਹੀਂ ਸਿਰਫ ਐਡਵਰਟਾਈਜ਼ਮੈਂਟ ਮਾਸ਼ਿਆਂ ਦੀ ਦੇਗੀ ਮੇਰੇ ਮਾਸ਼ਿਆਂ ਅਜੇ ਤੱਕ ਯਾਦ ਨਾਨਕੇ ਜਾਂਦੇ ਸੀ ਨਾਨਕੇ ਦੀ ਦੁਕਾਨ ਸਾਹਮਣੇ ਸੀ ਨਾ ਸਾਡੇ ਇਹ ਸੀ ਦੁਕਾਨ ਕਣਕ ਮੰਡੀ ਕਣਕ ਮੰਡੀ ਕਣਕ ਮੰਡੀ ਵਾਹ ਜੀ ਵਾਹ ਅੱਛਾ ਬੜਾ ਅੱਛਾ ਗੱਲ ਦੱਸੀ ਤੁਸੀਂ ਤੁਹਾਡੇ ਨਾਨਕਿਆਂ ਦਾ ਵੀ ਕੀ ਕੰਮ ਸੀਗਾ ਉਹੀ ਪੰਸਾਰੀ ਦਾ ਉਹਨਾਂ ਦਾ ਵੀ ਪੰਸਾਰੀ ਦਾ ਕੰਮ ਸੀਗਾ ਕੀ ਨਾਂ ਸੀਗਾ ਤੁਹਾਡੇ ਨਾਨਾ ਜੀ ਦਾ ਜਾਂ ਅਮੀਰ ਚੰਦ ਜੀ ਅੱਛਾ ਮਸਾਲਿਆਂ ਦਾ ਕੰਮ ਪੰਸਾਰੀ ਦਾ ਕੰਮ ਕੀਤਾ ਉਹਨਾਂ ਠੀਕ ਹੈ ਜੀ ਠੀਕ ਹੈ ਅਤੇ 47 ਦੇ ਬਾਅਦ ਵੀ ਐਸੇ ਕੰਮ 'ਚ ਰਹੇ ਹੋ ਲਾਈਨ 'ਚ 47 ਦੇ ਬਾਅਦ ਤਾਂ ਤਬਾਹੀ ਹੋ ਗਏ ਨਾ ਤਬਾਹ ਹੋ ਗਏ ਨਹੀਂ ਉੱਠ ਪਾਏ ਅੱਛਾ ਲੇਕਿਨ ਐਸੇ ਲਈ ਅਰਬਪਤੀ ਨੇ ਐਸਾ ਹੈ ਸਾਡੇ ਚਾਰ ਮਾਮੇ ਸੀ ਅੱਛਾ ਇਹਨਾਂ ਨੇ ਆ ਕੇ ਬਸ ਸਿੱਟੇ ਹੀ ਖੇਡੇ ਨਾ ਜਿਹੜਾ ਅੱਛਾ ਉਹ ਸਭ ਲੈ ਗਿਆ ਸਭ ਕੁਛ ਅੱਛਾ ਜੀ ਫਿਰ ਜੇ ਛੋਟੇ ਦੋ ਮਾਮੇ ਸੀ ਮੇਰੇ ਵੱਡੇ ਮਾਮੇ ਬੜੀ ਕੁਰਬਾਨੀ ਕੀਤੀ ਸਾਈਕਲ ਪਾਰਟਸ ਦਾ ਕੰਮ ਕੀਤਾ ਸਪਲਾਈ ਕੀਤੀ ਨਸਬਜ ਕੀਤੀ ਉਹ ਲੁਧਿਆਣੇ ਨੇ ਸਾਈਕਲ ਪਾਰਟਸ ਕਰਦੇ ਸਪਲਾਈ ਕਰਦੇ ਸੀ ਅਤੇ ਮੇਰੇ ਮਾਮੇ ਛੋਟੇ ਸੋਚਿਆ ਯਾਰ ਅਗਰ ਅਸੀਂ ਕਿਸੇ ਸਟੇਜ 'ਤੇ ਆਉਣਾ ਹੈ ਤਾਂ ਸਾਨੂੰ ਪੜ੍ਹਨਾ ਚਾਹੀਦਾ ਸਾਨੂੰ ਬਗੈਰ ਪੜ੍ਹਾਈ ਦੇ ਕੰਮ ਨਹੀਂ ਚੱਲੇਗਾ ਉਹਨਾਂ ਮੁੰਡਿਆਂ ਨੇ ਫਿਰ ਪਟਿਆਲੇ ਇੰਜੀਨੀਅਰਿੰਗ 'ਚ ਐਡਮਿਸ਼ਨ ਲਿਆ ਇਹ ਦੋਵੇਂ ਮਾਮੇ ਉੱਥੇ ਗਏ ਇੱਕ ਜਿਹਨੇ ਦਾ ਇੰਟਰਵਿਊ ਲੱਗ ਗਿਆ ਅਮਰੀਕਾ ਉਹ ਨਿਕਲ ਗਿਆ ਉਹਨੇ ਕਿਹਾ ਤੂੰ ਯਾਰ ਇੱਕ ਜਰਾ ਹੈ ਤਾਂ ਹੁਸ਼ਿਆਰ ਸੀ ਪਰ ਉਹ ਇੰਟਰਵਿਊ ਠੀਕ ਨਹੀਂ ਹੋਇਆ ਉਹਨੇ ਕਿਹਾ ਤੂੰ ਮੇਰੇ ਨਾਲ ਤੂੰ ਨਿਕਲ ਜਾ ਅੱਛਾ ਉਹਨੂੰ ਵੀ ਲੈ ਗਿਆ ਉਹ ਨਿਕਲ ਗਿਆ ਉਹ ਇੱਥੇ ਰਹਿ ਗਿਆ ਅਗਲੇ ਝਟਕੇ ਜੋ ਵੀ ਨਿਕਲ ਗਿਆ ਉੱਥੇ ਜਾ ਕੇ ਮੇਰਾ ਛੋਟਾ ਮਾਮਾ ਕਹਿੰਦਾ ਮੇਰੇ ਕੋਲ ਛੋਟੇ ਨੇ ਦੋਵੇਂ ਛੋਟੇ ਸੀ ਕਹਿਣ ਲੱਗਾ ਸਾਡੇ ਕੋਲ $12 ਸੀ ਜਿਹੜੇ ਵੇਲੇ ਅਸੀਂ ਅਮਰੀਕਾ ਪੋਰਟ 'ਤੇ ਉਤਰਿਆ ਉਸ ਵੇਲੇ ਡਾਲਰ ਦੀ ਕੀਮਤ ਸੀ 5.5 ਰੁਪਏ 6 ਰੁਪਏ $12 ਸੀ ਕੋਲ ਗੁਰਦੁਆਰੇ ਦੀ ਬੱਸ ਆਉਂਦੀ ਆਈਦੀ ਸੀ ਗੁਰਦੁਆਰੇ ਚਲੇ ਗਏ ਗੁਰਦੁਆਰੇ ਰਹਿਣਾ ਗੁਰਦੁਆਰੇ ਰੋਟੀ ਖਾਣੀ ਅਤੇ ਪੜ੍ਹਨਾ ਅਤੇ ਫਿਰ ਅਸਾਂ ਕਹਿੰਦਾ ਹੌਲੀ 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 ਅੰਗੂਰ ਪੈਕ ਕਰਜੇ ਘਰ ਪੈਕ ਇਕੱਠੇ ਕਰਨੇ ਸ਼ੁਰੂ ਕੀਤੇ ਅਤੇ ਜੁਗਾੜ ਬਣਾਇਆ ਅਤੇ ਫਿਰ ਇਹਨਾਂ ਇੰਜੀਨੀਅਰਿੰਗ ਕਰ ਲਈ ਇੰਜੀਨੀਅਰਿੰਗ ਕਰਕੇ ਉੱਥੇ ਫੈਕਟਰੀਆਂ ਲਗਾ ਲਈਆਂ ਹੋਰ ਤੁਹਾਨੂੰ ਵਿਸ਼ੇਸ਼ ਗੱਲ ਉਸ ਵੇਲੇ ਦੀ ਕੋਈ ਚਰਚਾ ਕੋਈ ਅੰਗਰੇਜ਼ਾਂ ਦੇ ਖਿਲਾਫ ਮੁਹਿੰਮ ਤੁਸੀਂ ਦੇਖੀ ਹੋਏ ਹਾਂ ਬਸ ਉਹ ਇਹ ਹੁੰਦਾ ਸੀ ਹਾਂਜੀ ਇਨਕਲਾਬ ਜ਼ਿੰਦਾਬਾਦ ਨਾਰੇ ਲੱਗਦੇ ਸੀ ਮੈਂ ਵੀ ਕੋਈ ਗਿਆ ਹਾਂ ਤਾਂ ਯਾਰ ਤੁਸੀਂ ਵੀ ਗਏ ਹੋ ਅੱਛਾ ਜੀ ਆਜ਼ਾਦੀ ਵਿੱਚ ਸਾਰਾ ਵੀ ਯੋਗਦਾਨ ਰਿਹਾ ਹੈਗਾ
भाई स्कूल जो है बंद, चलो ए, अच्छा जी चलो, अच्छा जी इनकलाब जिंदाबाद, टोटी बच्चा हाय हाय, टोटी बच्चा हाय हाय, ओके वाह जी वाह, कि भाई मुल्क की वांड होनी है या ऐसा एहसास नहीं सीगा। ये सू पता से कुछ ना कुछ होना जरूर है, कुछ तो असर ब्याह शिफ्ट करता सी पहले ही, ऐसे तो पहले शिफ्ट करता सी। अच्छा, ते बाकी परिवार नु सारे नु कश्मीर भेजता सी, कश्मीर भेजता सी साडे मदर फादर, एक बुआ जी एक अंकल, ए रेस चार कर। अच्छा। बाकी सारा टब्बर बुजुर्ग ते बच्चे, हां जी सब नु बटोत भेजता सी। श्रीनगर की ना है कश्मीर ही, कश्मीर से पैंदा। अच्छा जी, सब उधर चले गए ਵੀ ਫਿਰ ਕਸ਼ਮੀਰ ਆ ਗਏ ਸੀਗੇ, ਤੁਹਾਨੂੰ ਵੀ ਲੈ ਆਏ ਸੀਗੇ, ਪਰ ਤੁਹਾਨੂੰ ਇਹ ਤਾਂ ਪੂਰਾ ਫਾਦਰ ਸਾਹਿਬ ਨੇ ਦੱਸਿਆ ਹੋਏਗਾ। ਬਿਲਕੁਲ 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 ਪਤਾ, ਸਭ ਪਤਾ। ਅਤੇ ਕੀ ਹੋਇਆ ਸੀਗਾ, ਕਿੱਦਾਂ ਨਿਕਲੇ ਭਾਵੜੇ? ਮੈਂ ਸੁਣਿਆ ਕਿ ਭਾਵੜੇ ਐਸਾ ਹੈ, ਹਾਂਜੀ 11 ਵਜੇ ਹਾਇਉੱਲਾ ਮੱਚ ਗਿਆ, ਨਿਕਲੋ 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 ਨਿਕਲੋ, 14 ਅਗਸਤ ਨੂੰ। 14 ਅਗਸਤ ਨੂੰ? 14 ਅਗਸਤ ਨੂੰ। ਅੱਛਾ, ਸਵੇਰੇ 11 ਵਜੇ? 11 ਵਜੇ। अच्छा, पाकिस्तान जदों बन गया? बन गया। अच्छा जी, उन्होंने कहा निकलो भाई निकलो निकलो, सारा महला निकलना शुरू हो गया। अच्छा जी, ये सारे स्टेशन से चले गए। अच्छा जी, सारा महला स्टेशन से चला गया और कोई आदमी कोई ले गया ही नहीं, कुछ हथबारी कुछ नहीं लेके गया। अच्छा, जिन्हें साढ़े कोई रिश्तेदार बॉर्डर से रेंदे जी ना, उन्होंने चुक के समान अपना सोना साढ़े घर रखता, ऐ लो जी तुहाडा विचकार है, हाँ जी ते तुसीं रख लो साडा। अच्छा जी, सब चले गए उत्थे। अच्छा, स्टेशन ते आऊं साढ़े साढ़े मदर सनांदी सी, हाँ जी गड्डी आऊं भरी दी सी, जिन्हें आलूआं दी बोरियां भरी दी। अच्छा जी, एक दे उत्ते एक दे उत्ते एक दे उत्ते एक, भाई महला सारा आ जाना, 15-15 हज़ार आदमी, महला 12-15 हज़ार आदमी उत्थे। कोई हमला नहीं होया उत्थे तुहाडे पाबड़ियां दे महल्ले च? कोई हमला इन्होंने हमला किया ना, तां तां जवाब दिता। हमला होया सीगा? 2-48 घंटे आपस में लड़ाई होती रही है। 48 घंटे मोर्चाबंदी रही है लड़ाई? 48 घंटे रही है, फिर उसके बाद नसना ही पिया क्योंकि मिलिट्री आ गई ना। मिलिट्री आ गई, मिलिट्री आ गई। थोड़ी जी तफसील ना दसो कि हमला होया ते मतलब कि जवाब देने वास्ते? हाँ, मैंने बम बनाने सिखाए थे। अच्छा जी, इन्होंने बम मारे, उन्होंने बम मारे। अच्छा जी, लेकिन साढ़े 2 कैजुअलिटी हुई हैं बस, 2 बंदे शहीद हुए ने। गोली की चलानी, इन्हें रोज मेरे को पैसे लेना आंदा, इन्हें की मारना है मैनू, भाई मुसलमान नु सही वो करदा लेंदे ने। अच्छा जी, अच्छा जी, उन्हें मारी गोली खत्म। फिर जेले नस वज पै गई जगह, हाथा जहा सी ना, दोवे लाशा रख के लकड़ा पा के अगला के नस आए थे। संस्कार इतना करता हूँ। अच्छा, तो ये 11 बजे सारा महला खाली हो गया, स्टेशन तक पहुँच गया। 11 बजे की होया तुम्हारा असला वगैरह जरा सी खत्म हो गया? असला जरा तोप सी ना, इन्हें जमीन ही दबाई दी सी। अच्छा जी, वो जमीन की दबी तोप जी थी सिल गई, सिल गई, इन्हें जेल तोप चलाई वो चली होनी। अच्छा जी, ठीक हो, यह गल है। खड़ी हो गई गड्डी, गार्ड मैं नहीं चलावांगा। अच्छा, गार्ड कहंदा जब तक के मुन्नू गोरखा मिलिट्री नहीं मिलेगी मैं नहीं चलावांगा, अगे लाइन टूटी हुई है। अच्छा,
उन्होंने ड्रेल करनी सी, गड्डी ड्रेल करनी सी जी जी। इंजन ड्राइवर भी कहने लगा जी मैं नहीं चलावांगा। अच्छा जी। फिर गोरखा मिलिट्री मिली जी इन्हों 4 बजे। अच्छा जी। तो फिर ये देख लो तुम उन्हें कीड़ी आर चलाई गड्डी हौली हौली चलाई। अच्छा जी। तो फिर अगे जाकर ड्रिल होनी सी। अच्छा जी। लाइन टूटी थी, ड्रिल हो गई, गिर गई। अच्छा। लेकिन बचाव हो गया। अच्छा। मुसलमाना गोली चलाने की कोशिश की थी, इन्ने चिर न मिलिट्री ने अपनी पोजिशन ले ली। अच्छा ठीक हो गई। तो फिर से कैंप लग गया। कैंप लग गया कि जगह से जिते कैंप लग गया छोनी श्यामपुर छोनी 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 च। अच्छा जी। उत्थे लग गया सी कैंप लग गया। अच्छा। तो अंकल उत्थे किन्ने दिन कैंप लग गया रहा? 15 दिन लगा रहा कैंप। 15 दिन लग गया रहा। तो तुहाड़े फादर साहब कोई शायद चुक पाए सीगे सोना गहना कुछ नहीं लेके आ पाए? कुछ नहीं लेके आए, लेके तो कुछ नहीं आए। हाँ जी। लेकिन दोबारा गए। दोबारा गए? हाँ। वो गल दसो किदां गए दोबारा? दोबारा इस तरह गए, साढ़े घर च एक डॉक्टर रहिंदा सी, मुसलमाना महला ही सी, असां उन्हें अपने घर रख लिया। चल यार तू इत्थे आ जा, साढ़े नाल अच्छे तलका सी। की नाम सी जना? अश्विनी, डॉक्टर अश्विनी, होम्योपैथिक डॉक्टर सी। अच्छा जी। वो आ गए घर, ओदी रोटी ने उत्थे 2 दिन की दाल मिलती सी, रोटी ठंडी मिल गई, रोटी ठंडी ही मिलनी है। उन्हें एक दिन सोचा चुने नहीं है, तुम देखोगे ना सड़क के किनारे एडे पत्ते ने कांटेदार। अच्छा जी। वो चुने नहीं है। अच्छा। उन्हें साग बनाया। अच्छा जी। ते कैप्टन और क्या मैं साग बना लिया, उन्होंने बना लिया भाई जी। उन्हें साग बनाया, सब नु खवाया, कैप्टन ने नहीं खादा जी जी। ते कहन लगी अगले दिन कैप्टन साहब एक गल है करो, मैं विधवा हूँ, तुम्हें मैं दस्या भी। हाँ जी, हाँ जी। ते मैं चाहनी हाँ कि मैं एक मशीन ले आवा करूँ। अच्छा जी। तो बच्चों ने पाल लेंगे चलो। अच्छा जी। ठीक है, मैं तुम्हें मिलिट्री दे देना ट्रक। अच्छा। लाया तो जाके उन्हें कहा मैं कली थोड़े जावगी, जो मकान से रहनी हो तो मकान मालिक भी तो जाएगा, मेरे नाल बुआ खोलेगा। ओके। अच्छा जी। वो फिर लैके गए, तो फिर साढ़े फादर साहब दीवार नू खंती नाल मार के जेवर लैके आए। लैके आ गए। फिर लैके आए। तो जी डॉक्टर की वाइफ सी वो बड़ी अकलमंद सी, बड़ी शार चलाक भी कहिए, बड़ी बड़ी तेज सी। पहले तो उन्हें खाना बना के दिल जीत लिया, तो फिर अपना दिमाग नू चतुराई नाल ओ अपना भी लाई, तो थोड़ा भी फिर सोना लाया फादर साहब। ठीक है। तो वो बाद फिर छौनी तो जो 15 दिन बाद थोड़ा ये सतवारी आए। सतवारी आए थे। सतवारी तो छौनी सियालकोट छौनी तो सतवारी अमन मानना लागे सी कुछ। हाँ, वो मिलिट्री ट्रक लगे थे। अच्छा जी। वो आ गए। ठीक हो गया जी। सतवारी आ गए। RSS वाले ने सुके आलू जी तो एक एक रोटी देंदे सी, कि दो दो रोटियां देंदे सी जी जी। ते ले जाओ हुण साढ़े बादल 6 फुटे पाए। वो मेरी मदर नु कहन तू दूजी बारी फिर लग जा। बस फिर उतो साढ़े रिश्तेदार से जम्मू साढ़िया त्रै भूआ से दो कुआरियां से हाले कड़वाई हुई थी। अच्छा। एक घर समान भी रखे जी, गर्म कपड़े 2 ट्रंक रखे थे असं। अच्छा। तो फिर वो घर रहे असि पहला, इतने श्रीनगर सारे वो घर ही आ गए। उत्थे रहे, उतो अमृतसर आए। अच्छा। अमृतसर 8 दिन रहे, साढ़े कोड़म से उत्थे। अच्छा जी। फिर असी पुरानी दिल्ली आ गए। अच्छा जी। पुरानी दिल्ली स्टेशन ते रहे 15 दिन। अच्छा। प्लेटफार्म नंबर 4 ते। अच्छा। उहदे बाद एक धर्मशाला सी, साढ़े ग्रैंड फादर किधरे वाफिस कढ़ी साढ़े फादर ने जी। वो धर्मशाला च रहे कोई 2 महीने। अच्छा जी। फिर उन्होंने देखा यार देखो सस्ती जगह कड़ी है, अलवर गए असी। फिर अलवर गए। अलवर बड़ी सस्ती जगह सी। अच्छा। खाण पीन का बहुत सस्ता, धर्मशाला सानू फ्री मिल गई, खान पीन का पैसे सेर 2 पैसे सेर यह सब दस ज्यादा 3 पैसे सेर एक ना सी। फिर उत्थे रहे, फिर 1948 इत्थे आ गए मेरठ। मेरठ इंडिया का टूर किया। अच्छा। देखा कि सॉफ्ट वाटर कितने, बॉयलर सॉफ्ट वाटर चाहिए, मीठा पानी। फिर इतने 48। अच्छा।
ਇੱਥੇ ਆ ਕੇ ਕੋਲਾ ਵੇਚਿਆ ਜਿਹੜਾ ਕਿ ਹੁਸ਼ਿਆਰਪੁਰ ਮੰਗਾਇਆ ਸੀ ਉਹਨੂੰ ਕਹਿੰਦੇ ਸੀ ਲੱਕੜੀ ਕੋਲਾ ਅਤੇ ਚਾਂਦੀ ਦੀ ਚਾਂਦੀ ਨੂੰ ਹੋਰ ਚੋਂ ਗਾਂ ਕੱਢਿਆ ਨਾਲ ਕੰਮ ਕਰਦੇ ਰਹੇ ਆਪਣਾ ਜੁਗਾੜ ਜੋੜਦੇ ਰਹੇ ਰੋਟੀ ਤਾਂ ਖਾਂਦੀ ਹੈ ਕਿਸੇ ਤਰ੍ਹਾਂ ਬਾਅਦ ਮੈਂ ਫੈਕਟਰੀ ਲਗਾ ਦਿੱਤੀ ਫੈਕਟਰੀ ਨੇ ਪਲਟਾ ਮਾਰਿਆ ਉਲਟੇ ਉਲਟੀ 'ਚ ਚੱਲਣ ਲੱਗ ਪਈ ਨੁਕਸਾਨ ਹੋਣ ਲੱਗ ਪਿਆ ਬੜੀ ਜਿਹੜੀ ਉੱਥੇ ਫੈਕਟਰੀ ਸੀ ਉਹਦੀ ਮਸ਼ੀਨਰੀ ਪਲਾਂਟਸ ਵਗੈਰਾ ਉਹ ਉੱਥੇ ਹੀ ਰਹਿ ਗਿਆ ਨਹੀਂ ਆ ਗਿਆ ਨਾ ਇੱਥੇ ਆ ਗਿਆ ਸੀਗਾ ਉੱਥੇ ਲੱਗੀ ਨਹੀਂ ਫੈਕਟਰੀ ਉਹ ਕੱਟਣੀ ਇੱਕ ਬੋਗੀ ਉੱਥੇ ਰਹਿ ਗਈ ਇੱਕ ਬੋਗੀ ਇੱਥੇ ਆ ਗਈ ਮਤਲਬ ਫਾਦਰ ਸਾਹਿਬ ਨੇ ਸਮਾਨ ਕੋਸ਼ਿਸ਼ ਕੀਤੀ ਟ੍ਰੇਨ ਦੇ ਥਰੂ ਭਜਵਾਉਣ ਦੀ ਹਾਂ ਅਤੇ ਇੱਕ ਬੋਗੀ ਆ ਗਈ ਇੰਡੀਆ 'ਚ ਇੱਕ ਲਾਹੌਰ ਰਹਿ ਗਈ ਲਾਹੌਰ ਹੀ ਰਹਿ ਗਈ ਉਹ ਨਹੀਂ ਆ ਪਾਈ ਅਤੇ ਫਿਰ ਕੱਟਣੀ ਉਹਨਾਂ ਨੇ ਇੱਕ ਉਹ ਫਿਰ ਕੱਟਣੀ ਗਿਆ ਸਮਾਨ ਹਾਂ ਕੱਟਣੀ ਗਿਆ ਕੱਟਣੀ ਗਿਆ ਅਤੇ ਫਿਰ ਕੱਟਣੀ ਨਹੀਂ ਤੁਸੀਂ ਸ਼ਿਫਟ ਹੋਏ ਤੁਸੀਂ ਮੇਰਠ ਆ ਗਏ ਫਿਰ ਅਸੀਂ ਮੇਰਠ ਆ ਗਏ ਨਾ ਕਿਉਂਕਿ ਸਾਡੇ ਅੰਕਲ ਸੀ ਨਾ ਜਿਹੜੇ ਉਹ ਕਹਿੰਦੇ ਮੈਂ ਉਹ ਫੈਕਟਰੀ ਕੰਮ ਨਹੀਂ ਕਰਨਾ ਮੈਂ ਹੁਣ ਇੰਡੀਵਿਜੁਅਲ ਕੰਮ ਕਰਨਾ ਠੀਕ ਹੈ ਅਤੇ ਅੰਕਲ ਇਹ ਤੁਸੀਂ ਇੱਥੇ ਵੀ ਫਿਰ ਰਬੜ ਦਾ ਕੰਮ ਕੀਤਾ ਅਤੇ ਜਾਂ ਤੁਸੀਂ ਕਹਿ ਲਓ ਕਿ ਮੈਡੀਕਲ ਸਰਜੀਕਲ ਇਕੁਪਮੈਂਟਸ ਦਾ ਕੰਮ ਕੀਤਾ ਇੱਥੇ ਇਹ ਮੈਨੂੰ ਗੱਲ ਸਮਝ 'ਚ ਆਈ ਕਿ ਜਿਹੜੇ ਭਾਵੜੇ ਸੀਗੇ ਉਹ ਸਿਆਲਕੋਟ 'ਚ ਵੀ ਰਬੜ ਅਤੇ ਸਰਜੀਕਲ ਆਈਟਮਸ ਬਣਾਉਂਦੇ ਸੀ ਹਾਂ ਸਰਜੀਕਲ ਆਈਟਮ ਬਣਾਉਂਦੇ ਸੀ ਅਤੇ ਪਾਰਟੀਸ਼ਨ ਦੇ ਬਾਅਦ ਵੀ ਉਹਨਾਂ ਨੇ ਇਹੀ ਬੈਂਕ ਫੜੀ ਅਤੇ ਸਿਆਲਕੋਟ 'ਚ ਅੰਕਲ ਸਪੋਰਟਸ ਇੰਡਸਟਰੀ ਦਾ ਵੀ ਬੜਾ ਨਾਂ ਹੈਗਾ ਅੱਜ ਵੀ ਉੱਥੇ ਪਾਕਿਸਤਾਨ 'ਚ ਵੀ ਉਹਦਾ ਕੰਪਿਊਟਰ ਹੀ ਹੈ ਇੰਡੀਆ ਦਾ ਪਾਕਿਸਤਾਨ ਹੀ ਕੰਪਿਊਟਰ ਹੈ ਸਿਆਲਕੋਟ ਹੀ ਹੈ ਸਿਆਲਕੋਟ ਅੱਜ ਵੀ ਹੈਗਾ ਲੇਕਿਨ ਉਸ ਵੇਲੇ ਦੇ ਜਿਹੜੇ ਤੁਸੀਂ ਕਿਹਾ ਮਹਾਜਨ ਬਰਾਦਰੀ ਦੇ ਲੋਕ ਸਪੋਰਟਸ ਦਾ ਕੰਮ ਕਰਦੇ ਸੀਗੇ ਉਹ 47 ਦੇ ਬਾਅਦ ਆ ਕੇ ਕਿੱਥੇ ਬੈਠੇ ਨੇ ਅੰਕਲ ਉਹ ਮੇਰਠ ਅਤੇ ਜਲੰਧਰ ਮੇਰਠ ਅਤੇ ਜਲੰਧਰ ਅਤੇ ਇਹ ਅੰਕਲ ਮੇਰਠ ਵੀ ਸਪੋਰਟਸ ਦੀ ਇੰਡਸਟਰੀ ਹੈ ਜਲੰਧਰ ਵੀ ਸਪੋਰਟਸ ਦੀ ਇੰਡਸਟਰੀ ਹੈ ਸਾਨੂੰ ਸਮਝਾਓ ਫਰਕ ਕੀ ਹੈਗਾ ਕਿਹੜਾ ਪਾਰਟ ਮੇਰਠ ਜ਼ਿਆਦਾ ਅੱਛਾ ਮਿਲਦਾ ਇੱਥੇ ਉੱਥੇ ਫੁੱਟਬਾਲ ਅੱਛਾ ਬਣਦਾ ਜਲੰਧਰ ਇੱਥੇ ਇੱਥੇ ਕ੍ਰਿਕਟ ਇਕਿਪਮੈਂਟ ਅੱਛੇ ਬਣਦੇ ਨੇ ਕ੍ਰਿਕਟ ਦਾ ਇਕਿਪਮੈਂਟ ਮੋਟੇ ਮੋਟੇ ਤੌਰ ਤੇ ਇਹ ਕਿ ਉੱਥੇ ਫੁੱਟਬਾਲ ਹੈ ਇੱਥੇ ਕ੍ਰਿਕਟ ਹੈ ਫੁੱਟਬਾਲ ਵਾਲੀਬਾਲ ਬਾਸਕਟਬਾਲ ਇਸ ਟਾਈਪ ਦੇ ਆਈਟਮਸ ਜਲੰਧਰ ਅਤੇ ਕ੍ਰਿਕਟ ਦਾ ਜਿਹੜਾ ਹੈ ਉਹ ਮੇਰਠ ਹੈਗਾ ਠੀਕ ਹੈ ਅਤੇ ਤੁਹਾਨੂੰ ਯਾਦ ਕੁਛ ਧਿਆਨ ਨਾ ਚੀਤੇ ਅੰਕਲ ਜਿਹੜੀ ਸਪੋਰਟਸ ਇੰਡਸਟਰੀ ਜਿਹੜੇ ਸੀਗੇ ਕਾਰੀ ਮਾਲਕ ਜਿਹੜੇ ਸੀਗੇ ਜਿਨ੍ਹਾਂ ਦਾ ਨਾਂ ਕਾਫੀ ਵੱਜਦਾ ਸੀ ਕਿਸੇ ਦਾ ਨਾਂ ਤੁਹਾਨੂੰ ਯਾਦ ਹੋਏ ਜਾਂ ਅੱਜ ਦੀ ਡੇਟ 'ਚ ਕਿਸੇ ਦਾ ਨਾਂ ਯਾਦ ਹੋਏ ਤਾਂ ਸਾਨੂੰ ਦੱਸ ਦਿਓ ਨਹੀਂ ਅੱਜ ਤਾਂ ਹੁਣ ਹੈ ਹੀ ਨਹੀਂ ਨਾ ਕਿ ਨਾ ਹੈ ਜਿਵੇਂ ਇੱਥੇ ਕਲਾਸ਼ ਆਉਂਦੇ ਤਰਲੋਕ ਆਨੰਦੇ ਅੱਛਾ ਐਸ ਜੀ ਵਾਲੇ ਨਾ ਐਸ ਜੀ ਵਾਲੇ ਹਾਂ ਆਨੰਦ ਨੇ ਹਾਂ ਆਨੰਦ ਨੇ ਅੱਛਾ ਆਨੰਦ ਖੱਤਰੀ ਹੁੰਦੇ ਨੇ ਹਾਂ ਖੱਤਰੀ ਐਸ ਜੀ ਦਾ ਬੈਟ ਨਾਲ ਤਾਂ ਸਾਡੇ ਬੱਚੇ ਵੀ ਖੇਡਦੇ ਨੇ ਅੱਛਾ ਸਾਡੇ ਬੜੇ ਮੇਰੇ ਬੜੇ ਚਿੱਤ ਲਗਾ ਦੇ ਸਾਡਾ ਮਾਲ ਜਾਂਦਾ ਇਹਨਾਂ ਨੂੰ ਅੱਛਾ ਜਾਂਦਾ ਇਹਨਾਂ ਨੂੰ ਓਕੇ ਬੜੇ ਚਿੱਤ ਲਗਾ ਦੇ ਨੇ ਮੇਰੇ ਅੱਛਾ ਇਹ ਆਨੰਦ ਹੈਗੇ ਨੇ ਸਿਆਲਕੋਟੀ ਨੇ ਲੇਕਿਨ ਇਹ ਵੀ ਅੱਛਾ ਜੀ ਠੀਕ ਹੋ ਗਿਆ ਅੰਕਲ ਅੰਕਲ ਇੱਕ ਗੱਲ ਤੁਸੀਂ ਹੋਰ ਦੱਸੀ ਸੀਗੀ ਕਿ ਜਦੋਂ ਤੁਹਾਡੇ ਫਾਦਰ ਸਾਹਿਬ ਕੈਂਪ 'ਚ ਸੀਗੇ ਉਹ ਜਿਹੜੇ ਇੱਕ ਮੁਸਲਮਾਨ ਸੀਗੇ ਜਿਹੜੇ ਅੱਗੇ ਚਾਹ ਦੀ ਦੁਕਾਨ ਵੀ ਜਿਨ੍ਹਾਂ ਦੀ ਸੀਗੀ ਉਹਨਾਂ ਨੇ ਵੀ ਕੁਛ ਹੈਲਪ ਕੀਤੀ ਸੀ ਫਾਦਰ ਦੀ ਉਸ ਵੇਲੇ ਉਹ ਹੋਈ ਹੈ ਨਾ ਵਲੀ ਮੁਹੰਮਦ ਵਲੀ ਮੁਹੰਮਦ ਹਾਂਜੀ ਬਸ ਉਹਨੇ ਇੰਨੀ ਉਹ ਕਹਿੰਦਾ ਸੀ ਚਲੋ ਮੇਰੇ ਨਾਲ ਉਹਦੇ ਜੰਮੂ ਆਇਆ ਸੀ ਜੰਮੂ ਵੀ ਆਇਆ ਸੀ ਉਹ ਕਹਿੰਦਾ ਚਲੋ ਮੇਰੇ ਨਾਲ ਤੁਹਾਨੂੰ ਹੱਥ ਲਾ ਸਕਦੇ ਮੈਨੂੰ ਕਹੀ ਉਹਨੇ ਬਹੁਤ ਹਾਂ ਨਹੀਂ ਜਾਣਾ ਬਾਈ ਹੁਣ ਅਸੀਂ ਬਚ ਕੇ ਆ ਗਏ ਇੱਥੇ ਠੀਕ ਹੈ ਅੱਛਾ ਜੀ ਹੁਣ ਨਹੀਂ ਆ ਜਾਣਾ ਅੱਛਾ ਜੀ ਅਤੇ ਕੋਈ ਸਮਾਨ ਮੰਗਾਇਆ ਸੀ ਉਸ ਤੋਂ ਜਾਂ ਕੋਈ ਇੱਕ ਫੋਟੋ ਫਰੇਮ ਅੱਛਾ ਜੀ ਠੀਕ ਹੋ ਗਿਆ ਅੰਕਲ ਬਹੁਤ ਤੁਸੀਂ ਅੱਛੀਆਂ ਗੱਲਾਂ ਦੱਸੀਆਂ ਨੇ ਅਤੇ ਮੈਂ ਗੱਲਾਂ ਨੂੰ ਥੋੜ੍ਹਾ ਸਮੇਟਾਂਗਾ ਫਾਦਰ ਲੇਕਿਨ ਇਸ ਤੋਂ ਪਹਿਲੇ ਫਾਦਰ ਸਾਹਿਬ ਸਿਆਲਕੋਟ ਨੂੰ ਯਾਦ ਕਰਦੇ ਰਹੇ ਕਿੰਨਾ ਕੁ ਯਾਦ ਕੀਤਾ ਫਾਦਰ ਸਾਹਿਬ ਨੇ ਉਹਨੇ ਸਾਨੂੰ ਸਾਰੀ ਕਹਾਣੀ ਸੁਣਾਉਂਦੇ ਸੀ ਨਾ ਸੁਣਾਉਂਦੇ ਸੀ ਅੱਛਾ ਜੀ ਕਦੀ ਮਨ ਨਹੀਂ ਕੀਤਾ ਕਿ ਇੱਕ ਵਾਰੀ ਜਾਈਏ ਆਪਣਾ ਮੈਂ ਗੱਲ ਸਿਆਲਕੋਟ ਜਾਣ ਨਹੀਂ ਦਿੰਦੇ ਮੈਂ ਸਿਆਲਕੋਟ ਦੀਆਂ ਫੋਟੋ ਲੈ ਕੇ ਆਇਆ ਸੀ ਮੈਂ ਵੇਖੀਆਂ ਸੀ ਫੋਟੋ ਹਾਂ ਇੱਕ ਕਪਲ ਗਿਆ ਸੀ ਸਾਡੇ ਨਾਲ ਦੇ ਮਹੱਲੇ ਮਤਲਬ ਤੀਸਰਾ ਮਕਾਨ ਸੀ ਸਾਡਾ ਉਹ ਗਏ ਸੀ ਪਰ ਅਸੀਂ ਸੋਚਿਆ ਨਹੀਂ ਜਾਣਾ ਬਈ ਉਹ ਤਾਂ ਜਾ ਕੇ ਫਸਲ ਨਿਕਾਲੇ ਸਿਆਲਕੋਟ ਤੋਂ ਜਾ ਨਹੀਂ ਸਕਦੇ ਅੱਛਾ ਮੁਸ਼ਕਿਲ ਹੈਗਾ ਛਾਉਣੀ ਹੈਗੀ ਉਹ ਛਾਉਣੀ ਹੈ ਨਾ ਓਕੇ ਉਹਨਾਂ ਬੈਨ ਕੀਤਾ ਦਾ ਸਮਝ ਗਿਆ ਛਾਉਣੀ ਏਰੀਆ 'ਚ ਨਹੀਂ ਆਉਣ ਦਿੰਦੇ ਨਹੀਂ ਜਾਣ ਦਿੰਦੇ ਸਮਝ ਬਹੁਤ ਅੱਛੀਆਂ ਗੱਲਾਂ ਕੀਤੀਆਂ ਅੰਕਲ ਅਤੇ ਇੱਕ ਗੱਲ ਮੈਂ ਤੁਹਾਡੇ ਤੋਂ ਹੋਰ ਪੁੱਛਾਂਗਾ ਕਿ ਇਹਨੇ ਤੁਹਾਡੀ ਏਜ ਜਿਹੜੀ ਹੈਗੀ ਹੈ ਹਲੇ 84 ਰਨਿੰਗ 84 ਹੈ ਅਤੇ ਮੈਂ ਤੁਸੀਂ ਅੱਜ ਵੀ ਫੈਕਟਰੀ 'ਚ ਆ ਰਹੇ ਹੋ ਕੰਮਕਾਜ ਦੇਖ ਰਹੇ ਹੋ ਅਤੇ ਤੁਹਾਡੀ ਹੈਲਥ ਵੀ ਬਹੁਤ ਅੱਛੀ ਮੈਂ ਟੱਚ ਵੁੱਡ ਅੱਛੀ ਲੱਗ ਰਹੀ ਹੈ ਇਹਦੇ ਸਾਨੂੰ ਤੁਹਾਨੂੰ ਦੱਸੋ ਸਾਡੇ ਤਾਂ ਬੱਚਿਆਂ ਦੇ ਢਿੱਡੀ ਨਿਕਲ ਜਾਂਦੇ ਨੇ ਬੜੇ ਅਤੇ ਤੁਸੀਂ
एक्सरसाइज मस्ट है, योगा और खान पान बस। अच्छा, मेरा एक ही एडवाइस है। अच्छा जी, ना तो फ्राइड खाओ तो ना मैदा खाओ। फ्राइड भी नहीं खाना और मैदा भी नहीं खाना, बस एक्सरसाइज करनी है। ठीक हो गया अंकल, ठीक हो गया। तो दांत भी तुम कह रहे हो कि सारे ओरिजिनल है, दांत कितना रखिए साफ? दो बारी साफ करने हैं? दो बारी करना साफ। अच्छा, और राती साफ करने के बाद जी लून के पानी, हल्के लून के पानी गुरारे जरूर करो, क्योंकि जर्म्स जो पैदा होते हैं वो लून का पानी जर्म्स पैदा नहीं होने देता। हाँ जी, हाँ जी, वाह जी, बढ़िया गलियां दसिया अंकल जी, थैंक यू। ये नुकते की गल जो तुम ऐसा कोई नहीं दसेगा, ना कोलगेट वाला दसेगा, ना पेप्सोडेंट वाला दसेगा। और जी नौ गल से तेल जरूर पाओ, तो आदत पै गई ना नौ तेल पाने की, पैर तो नौ। हाँ, एक एक बूंद इतने लिया पाता नहाँ तो पहला। अच्छा जी, तो उस तो साड़ी आई साइड में बड़ा आई साइड बहुत अच्छी रहेगी। ठीक है, ओके अंकल, बहुत बहुत शुक्रिया। और भी कोई गल तुसी कहना चाहो? बोलो बोलो, तुम पूछो, तुम पूछो। मैं कहना कुछ नई पीढ़ी में कुछ कहना होए, मैं कहीं कहा तो अनु बाबू जी कि तुम फ्राइड कटाओ जी, शराब ना पियो। अच्छा जी, मैं ठीक रहो, मैं क्योंकि इंटेस्टाइन को खराब कर दे सारा। ओके अंकल, मैं तो कोल्ड ड्रिंक भी नहीं पींदा। अच्छा जी, इंटेस्टाइन खराब हो जाती है। जी जी जी, ठीक हो गया जी, ठीक हो गया जी। और एक प्रिजर्वेटिव ना खाओ, गजर लवाया खाना से मैं तो, फॉर एग्जाम्पल इन्ना आया, मैं इन्ना खा लिया, इन्ना वापस ले चलिया। मैं क्या राती खा लांगा? सानू स्वामी ने कहा सी कि स्वाद इतों तक है, उसके बाद स्वाद खत्म। ओदी गल अज तक ही भुले नहीं। ठीक है, ठीक अंकल, अंकल बहुत अच्छिया गल्ला कीतियां, बहुत बहुत मेहरबानी, बहुत शुक्रिया। थोड़ी सेहत अच्छी रहे, थोड़ी रब थोड़े बड़ा आशीर्वाद साढ़े उत्ते बनया रहे। सानू अपने सियालकोट शहर के एक पावड़े बजुर्ग मिले, बहुत दिल खुश होया, बहुत बहुत अच्छी गल्ला कीतियां अंकल। थैंक यू अंकल, बहुत बहुत मेहरबानी। थैंक यू। हुण की लेगा यार, एक गल दस।